हसके दिला सरजुल्दे ने, हसके दिला सरजुल्दे ने सादे लोगी चलते, हसके दिला सरजुल्दे ने सादे लोगी चलते ने तीर तेरिया अखियां दे डाले, तीर तेरिया अखियां दे डाले दिल कलेजा सरजुल्दे ने और शर्ते वे हाथ सोने हो, शर्ते वे हाथ सोने होवन खोटे सिक्के चल जुलते हो, शर्ते वे हाथ सोने होवन खोटे सिक्के चल जुलते ने और सोने बाटे लोग इसके बेच, सोने बाटे लोग इसके बेच अंदरों अंदरों गल जुलते ने और नमिया नमिया ठोकरा खाके, नमिया नमिया ठोकरा खाके बटे भी जाइयो हल जुलते ने, नमिया नमिया ठोकरा खाके बटे भी जाइयो हल जुलते ने और गाता पेटी अगजे लावे, गाता पेटी अगजे लावे नीले काठ भी बल जुलते ने, गाता पेटी अगजे लावे नीले काट भी बल जुलते ने और लोग सियाने देख के फायदा, लोग सियाने देख के फायदा हर संचे पे टल जुलते ने और चंगा टहन नहीं रहता जिंदू, चंगा टहन नहीं रहता जिंदू ओखे लेने भी टल जुलते ने और तेरी ज्यादा देवर बूटे, तेरी यादा देखो जी बूटे अपने आप ही हल जुलते ने, तेरी यादा देखो जी बूटे अपने आप ही हल जुलते ने और खून दे रिश्ते कण कर जुलते, खून दे रिश्ते कण कर जुलते यार यारा नाल खल जुलते ने और शाम पवे ते आपे रम, शाम पवे ते आपे रम याद दे जीवे बल जुलते ने रस के दिला सजुल दे ने सादे लोग चल दे। इस बार मैं गुजारिश कर सा मदनी एजाज साहब है कि वो अपना खूबसूरत कलम से हम मदनी एजाज साहब कच्चे धागे चौंधे रह गए,
मदनी लोकां लुटियां पाया, मदनी लोकां लुटियां पाया, असी देख मनाते रह गए, दिल का शीशा धोते रह गए, राती दिहाड़ी रोंदे रहे। दूआ पुरानी जी एक गजल लिखी जी, उस बात कर लिया मैं कर सुने आप लगे पहले तेरी आखिरी जदल इस बात करे गजल पढ़ लिया दो शेर उसे याद किजे काम भी होते दिले में पकाते होते वजीर मशीन अरसे रुके हुए कम पे होने नमकीन सजीदा ते ताई सजीदा कलाम साहब।
ਮਿਹਨਤ ਕਸ਼ ਇਨਸਾਨਾਂ ਦੀ ਮਜ਼ਦੂਰਾਂ ਦੀ ਦਹਿਕਾਨਾਂ ਦੀ ਉੱਚੇ ਢਾਕਿਆਂ ਤੇ ਮੈਦਾਨਾਂ ਦੀ ਇੱਥੇ ਸੋਹਣੀਆਂ ਸਭ ਸੌਗਾਤਾਂ ਨੇ ਨਵਾਂ ਸ਼ਹਿਰ ਦੀਆਂ ਕੇ ਬਾਤਾਂ ਨੇ ਇੱਥੇ ਇਹਨਾਂ ਦੇ ਦੀਵੇ ਬੰਦੇ ਨੇ ਇੱਥੇ ਪਿਆਰ ਦੇ ਝੱਖੜ ਚੱਲਦੇ ਨੇ ਮੋੜੇ ਜੋੜ ਕੇ ਸਾਰੇ ਖਲਦੇ ਨੇ ਹਰ ਖੁਸ਼ੀ ਤੇ ਗਮ ਦੇ ਰਲਦੇ ਨੇ ਇੱਥੇ ਸੋਹਣੀਆਂ ਸਭ ਸੌਗਾਤਾਂ ਨੇ ਨਵਾਂ ਸ਼ਹਿਰ ਦੀਆਂ ਕੇ ਬਾਤਾਂ ਨੇ ਇੱਥੇ ਚਸ਼ਮੇ ਠੰਡਿਆ ਪਾਣੀਆਂ ਦੇ ਮਜ਼ੇ ਲੋਕਾਂ ਦੀ ਆਣੀਆਂ ਜਾਣੀਆਂ ਦੇ ਇੱਥੇ ਚਸ਼ਮੇ ਠੰਡਿਆ ਪਾਣੀਆਂ ਦੇ ਮਜ਼ੇ ਲੋਕਾਂ ਦੀ ਆਣੀਆਂ ਜਾਣੀਆਂ ਦੇ ਹਾਸੇ ਖੇਡੇ ਨੇ ਇੱਥੇ ਹਾਣੀਆਂ ਦੇ ਇੱਥੇ ਕਿਸੇ ਲੋਕ ਕਹਾਣੀਆਂ ਦੇ ਇੱਥੇ ਸੋਹਣੀਆਂ ਸਭ ਸੌਗਾਤਾਂ ਨੇ ਨਵਾਂ ਸ਼ਹਿਰ ਦੀਆਂ ਕੇ ਬਾਤਾਂ ਨੇ ਤੇ ਢਾਕੇ ਘੇਰਾ ਭਾਵਾਂ ਬਾਵਾਂ ਦਾ ਇੱਥੇ ਮੋਲ ਦੀਆਂ ਕੁੱਚਾਵਾਂ ਦਾ ਜਿਹੜੇ ਦੂਰੋਂ ਪਾਰੋਂ ਆਉਂਦੇ ਨੇ ਚੋਲੀ ਪਿਆਰ ਵੀ ਭਰਦੇ ਜਾਂਦੇ ਨੇ ਜਦੋਂ ਦੂਜਾ ਫੇਰਾ ਪਾਉਂਦੇ ਨੇ ਇੱਥੇ ਆਪਣਾ ਘਰ ਬਣਾਉਂਦੇ ਨੇ ਇੱਥੇ ਆਮਨੇ ਹਰ ਇੱਕ ਘਰ ਅੰਦਰ ਇਹਨਾਂ ਚੀਜ਼ਾਂ ਤੂਤ ਚਨਾਰ ਅੰਦਰ ਹਰ ਮਸਜਿਦ ਤੇ ਦਰਬਾਰ ਅੰਦਰ ਹਰ ਮੌਸਮ ਦੀ ਮਹਿਕਾਰ ਅੰਦਰ ਇੱਥੇ ਸੋਹਣੀਆਂ ਸਭ ਸੌਗਾਤਾਂ ਨੇ ਨਵਾਂ ਸ਼ਹਿਰ ਦੀਆਂ ਕੀ ਬਾਤਾਂ ਨੇ ਤੇ ਆਖਰੀ ਬਾਤ ਹੈ ਨਵਾਂ ਸ਼ਹਿਰ ਮੇਰੀ ਪਹਿਚਾਣ ਅਜਮਲ ਨਵਾਂ ਸ਼ਹਿਰ ਮੇਰੀ ਪਹਿਚਾਣ ਅਜਮਲ ਇੱਥੇ ਹਰ ਵਧੀਆ ਇਨਸਾਨ ਅਜਮਲ ਇੱਥੇ ਖੁਸ਼ੀਆਂ ਦੇ ਸਾਮਾਨ ਅਜਮਲ ਮੇਰੇ ਇਸਤੇ ਵਾਲਾ ਜਾਨ ਅਜਮਲ ਇੱਥੇ ਸੋਹਣੀਆਂ ਸਭ ਸੌਗਾਤਾਂ ਨੇ ਨਵਾਂ ਸ਼ਹਿਰ ਦੀਆਂ ਕੀ ਬਾਤਾਂ ਨੇ ਤੇ ਖਰੀਦਦਾਰ ਨੇ ਫਰਮਾਇਸ਼ ਕੀਤੀ ਜੀ ਚੋਰੀ ਦੀ ਵਾਰਦਾਤ ਤੇ ਚੋਰੀ ਹੋਈ ਹੈ ਤੇ ਜਣਾ ਰਿਪੋਰਟ ਕਰਾਉਣੇ ਗਿਆ ਤਾਂ ਉਸ ਨਾਲ ਕੀ ਹਾਲਾਤ ਹੋਏ ਤੇ ਉਹ ਪੇਸ਼ ਕਰਨ ਮੇਰੇ ਘਰ ਚੋਰੀ ਹੋਈ ਹੈ ਗਿਆ ਮੈਂ ਵੀ ਥਾਣੇ ਵਿੱਚ ਬੋਲ ਕੇ ਨਾ ਜੁਲੇ ਕੋਈ ਰਹੱਸੀ ਉਹ ਨੁਕਸਾਨੇ ਵਿੱਚ ਤੇ ਇੱਕੀ ਰਾਤੀ ਸ਼ਹਿਰ ਵਿੱਚੋਂ ਬਿਜਲੀ ਵੀ ਫੇਰ ਗਈ ਸਾਥੀ ਇੱਕੀ ਰਾਤੀ ਸ਼ਹਿਰ ਵਿੱਚੋਂ ਬਿਜਲੀ ਵੀ ਫੇਰ ਗਈ ਸਾਰੇ ਲੋਕ ਸੁੱਤੇ ਹੋਏ ਚੋਰਾਂ ਕੋਲ ਵੇਖ ਲਈ ਤੇ ਮੇਰਾ ਘਰ ਆ ਗਿਆ ਉਹਨਾਂ ਦੇ ਨਿਸ਼ਾਨੇ ਵਿੱਚ ਮੇਰੇ ਘਰ ਚੋਰੀ ਹੋਈ ਜਿੰਦਗੀ ਮੈਂ ਵੀ ਥਾਣੇ ਵਿੱਚ ਕੋਠੇ ਘਰੋਂ ਆਏ ਨੇ ਸਿੱਧੇ ਮੇਰੇ ਘਰ ਹੋ ਕੋਠੇ ਘਰੋਂ ਆਏ ਨੇ ਸਿੱਧੇ ਮੇਰੇ ਘਰ ਹੋ ਦੋ ਚਾਰ ਚਮਚੇ ਨਾਲੇ ਸਰਦਾਰ ਹੋ ਤਿੰਜੂ ਲਗੇ ਕਰਸੁਨ ਗੋਲੀਆਂ ਦੇ ਵਾਰ ਹੋ ਮਾਲ ਸਾਰਾ ਲੁੱਟੇ ਨੇ ਡੱਕੇ ਬੱਚੀ ਖਾਣੇ ਵਿੱਚ ਤੇ ਮੇਰੇ ਘਰ ਚੋਰੀ ਹੋਈ ਜਿੰਦਗੀ ਮੈਂ ਵੀ ਥਾਣੇ ਵਿੱਚ ਤੇ ਅੱਗੇ ਹੁਣ ਫਜ਼ਰੀ ਸਵੇਰੇ ਜੋ ਕੀਤੀ ਮੈਂ ਰਿਪੋਰਟ ਹੈ ਫਜ਼ਰੀ ਸਵੇਰੇ ਜੋ ਕੀਤੀ ਮੈਂ ਰਿਪੋਰਟ ਹੈ ਪੁਲਿਸ ਵਾਲੇ ਮੇਰੇ ਉੱਤੇ ਮਾਰੀ ਫਿਰ ਚੋਟ ਹੈ ਘਰ ਦਾ ਕੋਈ ਭੇਜੀ ਅਸੀਂ ਜਿਸ ਦੇ ਦਿਲ ਵਿੱਚ ਖੋਟ ਹੈ ਹਰ ਕੋਈ ਚੋਰ ਹੈ ਅੱਜ ਦੇ ਜ਼ਮਾਨੇ ਵਿੱਚ ਮੇਰੇ ਘਰ ਚੋਰੀ ਹੋਈ ਜਿੰਦਗੀ ਮੈਂ ਵੀ ਥਾਣੇ ਵਿੱਚ ਆਖੋ ਲਗੇ ਆਪ ਕੋਈ ਵੀ ਨਹੀਂ ਕਰਦੇ ਨਾ ਆਖੋ ਲਗੇ ਚਲੋ ਭਾਜੀ ਥੋੜੀ ਜੀ ਫਟੀਕ ਕਰੋ ਆਖੋ ਲਗੇ ਚਲੋ ਭਾਜੀ ਥੋੜੀ ਜੀ ਫਟੀਕ ਕਰੋ ਜਿਸ ਕਿਸ ਟੁੱਟੇ ਇਹ ਵੀ ਤਸਦੀਕ ਕਰੋ ਤੇ ਸਜਣਾ ਦੇ ਮਿੱਤਰਾਂ ਸਾਰੇ ਸ਼ਰੀਕ ਕਰੋ ਤੇ ਫਰੋ ਕਿਹੜੇ ਜਾਣ ਦੱਸੋ ਆਪਣੇ ਬੇਗਾਨੇ ਵਿੱਚ ਮੇਰੇ ਘਰ ਚੋਰੀ ਹੋਈ ਹੈ ਗਿਆ ਮੈਂ ਵੀ ਥਾਣੇ ਦੇ ਵਿੱਚ ਤੇ ਆਖੋ ਲਗੇ ਦੱਸੋ ਜ਼ਰਾ ਕਿਸਾ ਕੋਟਾਣਾ ਨੇ ਆਖੋ ਲਗੇ ਦੱਸੋ ਜ਼ਰਾ ਕਿਸਾ ਕੋਟਾਣਾ ਨੇ ਵਿਚਿਆਂ ਦੇ ਫੰਦਿਆਂ ਦਾ ਇੱਥੇ ਹੀ ਠਿਕਾਣਾ ਨੇ ਤੇ ਦੱਸੋ ਜ਼ਰਾ ਮੂੰਹ ਮੱਥਾ ਕਿਸ ਤਰ੍ਹਾਂ ਬਣਾਉਣਾ ਨੇ ਤੇ ਪਹਿਲੀ ਕਾਟੀ ਜਿਸ ਨਾਲ ਆਣੋ ਫਿਰ ਮੈਦਾਨੇ ਵਿੱਚ ਤੇ ਮੇਰੇ ਘਰ ਚੋਰੀ ਹੋਈ ਹੈ ਕਿਆ ਮੇਰੀ ਥਾਣੇ ਵਿੱਚ ਤੇ ਉਹਨਾਂ ਦੀਆਂ ਗੱਲਾਂ ਉੱਤੇ ਦਿਲ ਮੇਰਾ ਸੜਿਆ ਉਹਨਾਂ ਦੀਆਂ ਗੱਲਾਂ ਉੱਤੇ ਦਿਲ ਮੇਰਾ ਸੜਿਆ ਜਦੋਂ ਨਾਲ ਮੈਂ ਵੀ ਫਿਰ ਇਸ ਗੱਲ ਤੇ ਆਇਆ ਤੁਸੀਂ ਮੇਰੇ ਚੋਰ ਹੋ ਤੁਸਾਂ ਮਾਲ ਫੜਿਆ ਤੁਸੀਂ ਸ਼ਰੀਕ ਹੋ ਚੋਰੀਆਂ ਕਰਾਣੇ ਵਿੱਚ ਤੇ ਮੇਰੇ ਘਰ ਚੋਰੀ ਹੋਈ ਹੈ ਕਿਆ ਮੇਰੀ ਥਾਣੇ ਵਿੱਚ ਇਹ ਗੱਲ ਚੰਗੀ ਤੇ ਨਹੀਂ ਲੱਗ ਰਹੀ ਜੇ ਚੱਕੇ ਫਿਰ ਘੜੀਆਂ ਨੇ ਗੇੜੀਓ ਤੋਂ ਬਾਹਰ ਮਾਂ ਇਹ ਗੱਲ ਆਖ ਕੇ ਤੇ ਕੀਤਾ ਦੇ ਅੰਦਾਜ਼ ਮਾਂ
ਤੇ ਜਦੋਂ ਮੈਂ ਦੇਖਿਆ ਤੇ ਪੈਸੇ ਬਬਲ ਖਾਣੇ ਵਿੱਚ ਤੇ ਮੇਰੇ ਘਰ ਚੋਰੀ ਹੋਈ ਹੈ ਯਾਰ ਮੇਰੇ ਖਾਣੇ ਵਿੱਚ ਤੇ ਹੁਣ ਜਦੋਂ ਮਸਜਿਦ ਮੈਂ ਤੇ ਨਹੀਂ ਜਾਣਾ ਨਾ ਮੈਂ ਹੁਣ ਜਦੋਂ ਮਸਜਿਦ ਨਾਲ ਮੇਰੀ ਜਾਣਾ ਨਾ ਨਾ ਮੈਂ ਜਿੰਨੇ ਵੀ ਪਾਸੇ ਹੋਵੇ ਜਾਣੀ ਤੇ ਨਾ ਨਾ ਮੈਂ ਤੇ ਚੋਰੀ ਵਾਲੀ ਗੱਲ ਨਾਲ ਸਾਰਿਆਂ ਸੁਣਾਣਾ ਮੈਂ ਤੇ ਪੁਲਿਸ ਵੀ ਗਿਣਨਾ ਚੋਰਾਂ ਦੇ ਬਾਦੇ ਵਿੱਚ ਮੇਰੇ ਘਰ ਚੋਰੀ ਹੋਈ ਹੈ ਯਾਰ ਮੇਰੇ ਖਾਣੇ ਵਿੱਚ ਖੋਲ ਕੇ ਨਾ ਚੋਰੇ ਕੋਈ ਰਸੀ ਨਹੀਂ ਸਾਨੂੰ ਸ਼ੁਕਰੀਆ नहीं ਮਜ਼ਾਇਆ ਚੀਜ਼ ਸੁਣਾ ਸਾ ਕਿਉਂਕਿ ਮਜ਼ਾਇਆ ਰੰਗ ਚੱਲੇ ਦੇ ਜਾਣ ਕੇ ਚਲਾ ਕਲਾ ਬਣਿਆ ਮੇਰੀਆਂ ਖਾਣੇ ਵਸਤੇ ਜਾਣ ਕੇ ਚਲਾ ਕਲਾ ਬਣਿਆ ਮੇਰੀਆਂ ਖਾਣੇ ਵਸਤੇ ਕੌਣ ਹੈ ਆਪਣਾ ਕੌਣ ਭਰਾਇਆ ਹੈ ਜਮਾਣੇ ਵਸਤੇ ਭਾਂਡੇ ਧੋਣਾ ਕੱਪੜੇ ਧੋਣਾ ਰੋਟੀ ਕੱਟੀ ਕਰਨਾ ਉਸ ਮੇਰੇ ਨਾਲ ਵਿਆਹ ਕੀਤਾ ਪਰ ਰੋਹ ਜਮਾਣੇ ਵਸਤੇ और अमरीका में काम करते फाइव स्टार ਜ਼ਰਾ ਨਾ ਸ਼ਰੀਫਾ ਦੇ ਨਬੀ ਸੱਲ ਸਲਮ ਵਾਲੇ ਪਾਸੇ ਜੋ
सुने एक खूबसूरत खुराक रोज पढ़ने मेरा के मकान होना चाहिए। थैंक्स। और अरे सीटें के पंजा सत्ता ज्यादा ना कमी नहीं थी पढ़ने की, उसने पूरे सूटे से थाम होना चाहिए। पंजा सत्ता गजब ना सुस्तों की नहीं पढ़ने, उसने पूरे सूटे से थाम होना चाहिए। ऐ नहीं मिला कहीं मजा ही लोग लगते प्यार का पर्चा आसान होना चाहिए। और और बाबू तुझा नीले नीले नोट में थमाए नहीं, बाबू तुझा नीले नीले नोट में थमाए नहीं, हूं मेरा मसला आसान होना चाहिए। बाबू तुझा नीले नीले नोट में थमाए नहीं और मेरा मसला आसान होना चाहिए। और फायदा तो बाद नुकसान होना चाहिए किरे किरे थोड़ा कर से मेरे स्टाइल तो अगर कोई बदतमीजी चल गई है सॉरी कर सर। अल्लाह हाफिज़। इफ्तिखार तो बाद मैं गुजारिश कर सा आज की इस तकरीब बल्कि आज की इस मुशायरा दे जिस बेच मुशायरे में जिन्होंने सदारत के फराइज सर अंजाम देते हैं बहुत ही खूबसूरत शायर और बहुत बुजुर्ग शायर और उस्ताद मोहतरम काजी सईद नाज साहब अभी जो स्टेज की तशरीफ लाने के आपका खूबसूरत कलाम सईद नाज साहब। शायरी का काम है मां बोली है और जगह पर आना उस मुकाम पर आना जिते पश्तो खड़ती थी, जिते सराइकी खड़ती थी, जिते पंजाबी खड़ती थी, जिते सिंधी खड़ती थी। उस वास्ते थोड़ा जहा जिंदगी आखिरी वक्त तकरीबन असं आपने इस मुकाम इस वास्ते कर चुका ये सारे निसाब आवे सारा बड़ा करना उस इस दिन में सारे जान चीज़ा जारी उसारी रखो और अपनी माँ बोली की खिदमत करो। मैं हजारा आर्ट कौंसिल का भी शुक्रगुजार हाँ कि उसने साढ़े ग्राम आके महफल का इनकार किया जिस जबान साड़ी माँ बोलियाँ तब्दील मिली थी। इसके बाद अगर किसी और कुछ आज सबसे पहले सादा सोना
एक खुदा है, अर्श है उसकी तस्वीर है, जो उसकी शाना का तो मादर क्यों जाना। ओई पालन हार ते रासिक, ओई सबदा रब ते खालिक, अरिश फरिश ते जन्नत दोजख, जिमी ते आसमाना का तो मादर क्यों जाना। दो महफूज का मालिक सोना, उसते आते तकदीर, ओ गफार रहीम, ओ गफार रहीम बख्शे इंसाना दिया तकसीरा, ओ महफूज फरिश्तियां का ते जिन्हां ते इंसाना का तो मालिक कौन जाना। करमा वाला करम कुमावे, उच्चे बेड़े कंडे लावे, जिसते सोना राशि होवे, उसते सते बने सारे, नाज हिसाब शुमार न कोई, सोने दिया साना का तो मालिक कौन जाना। ना पे एक बन देश का सरकार को देखना है, असी मन के हैं, साड़ा दाता शहर मदीने हैं, असी मन के हैं, साड़ा दाता शहर मदीने दा, साड़ा मोला माबा मंजा शहर मदीने दा, और सब जब तो उसकी उच्ची शान निराली है, असी उसके नौकर चाकर को साड़ा भाली है, साड़ा शाह सुल्तान के राजा शहर में जमींदा, ऐसे मानते हैं आप सदा दाता शहर। उसको बार तो साल गजल का भी ऐसे मशीन की भी वो गजल थी। ये शायर बच्चे मशीन का और उत्तर दे लेवल के पढ़ने वास्ते मेरी कोशिश है कि तुसी फैसला कर सो कि मैं मुफ्तार ने कामयाबी दी दी है कि नहीं। गजल के चंद शायर में पेश कर सा अर्ज की जाए कि देवी पन तरोड़िया लोकां, देवी पन तरोड़िया लोकां, साढ़े बस के छोड़िया लोकां, एक कागज दी किश्ती दे के खोरिया पानिया रोड़िया लोकां, पर असां हस के हाथ बुलाया अगों हाथ मरोड़िया लोकां, असां हस के हाथ मिलाया अगों हाथ मरोड़िया लोकां, पर के सुखी तुम लाई के टप्पा जोड़िया लोकां, जुर्म खता भी नाज न दसते जैसा देख के तोड़िया लोग। दो चार शेर गजल दे और चंद सुन ली पिरजो नी कीती, चंद सुन ली पिरजो नी कीती, साढ़े बेड़े दो नी कीती, और कमरे बिच कागज ने फुला यार कदे खुशबू नहीं पाता, तुसा ते साड़ी एक नहीं मनी, असा एक तो दो नहीं कीती, तुसा ते साड़ी एक नहीं मनी, असा एक तो दो नहीं कीती, और लोग ते लगियां पर जुलते ने असा पर गल ओ नहीं कीती, ते दुनिया को जुड़ते ने असा पर गल ओ नहीं कीती, नाज जी कच्चे टारे चंगे मैं लंदी ये सोनी की। ए इश्के इश्क खड़ाना बिच मत हार जुने एक चाला बिच, ए इश्के इश्क खड़ाना बिच मत हार जुने ज़्यादा में रे शौक में नमाज़ शहर दी,
शहर दिए ना दिल लगता है टुड़िया ना मेज। और मेरा ख्याल है काफ़ी सुन चुके हैं, उस तो बाद मैं ऐसे काफ़ी कुछ सुना से, लेकिन मैं जताना चाहने आज सामने हर पास खड़े नजर।